ਦੋਸਤੋ, ਅੱਜ ਮੈਂ ਅੰਮ੍ਰਿਤਸਰ ਦੇ ਇਹ ਲੋਕਲ ਬੱਸ ਅੱਡਾ, ਇਹਨੂੰ ਕਿਹਾ ਜਾਂਦਾ ਲੋਕਲ, ਜਿੱਥੇ BRTS ਆ ਤੁਹਾਡੇ ਸਾਹਮਣੇ, ਸੈਂਕੜੇ ਬੱਸਾਂ ਖੜੀਆਂ ਨੇ। BRTS ਦਾ ਅੱਡਾ ਹੈ। BRTS ਦਾ ਮਤਲਬ ਹੈ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ। 2014-15 ਦੇ ਵਿੱਚ ਸਰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਗੌਰਮੈਂਟ ਦੇ ਵਿੱਚ ਇਹਨੂੰ ਸ਼ੁਰੂ ਕੀਤਾ ਸੀਗਾ, ਔਰ 20 ਕਿਲੋਮੀਟਰ ਦੇ ਕਰੀਬ ਇਹਦਾ ਰੂਟ ਹੈ, ਸ਼ਹਿਰ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ, ਇੱਕ ਪਾਸਿਓਂ ਦੂਜੇ ਪਾਸੇ ਤੱਕ। ਔਰ ਉਸ ਟਾਈਮ ਦੇ ਉੱਤੇ 2014-15 ਦੇ ਵਿੱਚ 700 ਤੋਂ 800 ਕਰੋੜ ਰੁਪਈਆ ਇਹਦੇ ਉੱਤੇ ਖਰਚ ਆਇਆ ਸੀਗਾ। ਜੇ ਅੱਜ ਦੀ ਤਰੀਕ 'ਚੋਂ ਰੂਟ ਤਿਆਰ ਕਰਨਾ ਹੋਵੇ, ਇਹ ਬੱਸ ਸਟੈਂਡ ਤਿਆਰ ਕਰਨਾ ਹੋਵੇ, ਐਡਾ ਵੱਡਾ ਪ੍ਰੋਜੈਕਟ ਤਿਆਰ ਕਰਨਾ ਹੋਵੇ, ਤਾਂ ਮੇਰਾ ਖਿਆਲ ਹੈ ਕਿ ਇਹਦੇ ਉੱਤੇ ਮੈਂ ਐਸਟੀਮੇਟ ਲਵਾਇਆ ਕਿ 1500 ਕਰੋੜ ਰੁਪਈਆ ਜਿਹੜਾ ਖਰਚਾ ਆਊਗਾ। ਔਰ ਆ 100 ਬੱਸ ਇੱਥੇ ਥੱਲੇ ਲੱਗੀ ਹੈ, AC ਬੱਸ ਜਿਹੜੀ ਵੱਖ ਵੱਖ ਰੂਟਸ ਦੇ ਉੱਤੇ ਚੱਲਦੀ ਸੀ। ਔਰ ਕਰੀਬ ਜਿਵੇਂ ਕੁਲਵਿੰਦਰ ਹੋਣਾ ਦੱਸਿਆ ਕਿ 1000 ਤੋਂ 1200 ਬੱਚਾ ਇਹਨਾਂ ਦੇ ਵਿੱਚ ਕੰਮ ਕਰਦਾ ਸੀਗਾ। ਦੋ ਸ਼ਿਫਟਾਂ ਦੇ ਵਿੱਚ ਕੰਮ ਚੱਲਦਾ ਸੀਗਾ, ਦੋ ਡਰਾਈਵਰ, ਦੋ ਕੰਡਕਟਰ, ਵਰਕਸ਼ਾਪ ਮੈਨੇਜਮੈਂਟ, ਟਿਕਟਾਂ ਕੱਟਣ ਵਾਲੇ, ਔਰ ਬਹੁਤ ਸਾਰਾ ਫਾਇਦਾ ਜਿਹੜਾ ਸ਼ਹਿਰ ਵਾਸੀਆਂ ਨੂੰ ਹੁੰਦਾ ਸੀਗਾ। ਜਿਨ੍ਹਾਂ ਲੋਕਾਂ ਦੀ 10,000 ਦੇ ਕਰੀਬ ਤਨਖਾਹ ਹੈ, 10 ਤੋਂ 15,000, ਕਿਸੇ ਦੀ 7-8,000, ਉਹ ਡਿਊਟੀ 'ਤੇ ਜਾਣ ਲਈ ਇੱਕ ਦੂਜੀ ਜਗ੍ਹਾ ਦੇ ਉੱਤੋਂ ਇਹਨਾਂ ਬੱਸਾਂ ਦੇ ਵਿੱਚ ਜਾਂਦੇ ਸੀਗੇ ਆਪਣੇ ਘਰ ਤੋਂ ਆਉਣ ਲਈ। ਉਹਦੇ ਨਾਲ ਨਾਲ ਉਹਨਾਂ ਦੇ ਪੈਸੇ ਵੀ ਬਚਦੇ ਸੀਗੇ, ਟਾਈਮ ਵੀ ਬਚਦਾ ਸੀਗਾ, ਔਰ ਟ੍ਰੈਫਿਕ ਵੀ ਜਿਹੜਾ ਉਹਦੇ ਤੋਂ ਵੀ ਬਚਣਾ ਪੈਂਦਾ ਸੀਗਾ। ਔਰ ਜਿਵੇਂ ਇਹਨਾਂ ਦੱਸਿਆ ਕੁਲਵਿੰਦਰ ਹੋਣਾ ਕਿ 2018 ਦੇ ਵਿੱਚ ਜਦੋਂ ਸਿੱਧੂ ਸਰ ਨਵਜੋਤ ਸਿੰਘ ਸਿੱਧੂ ਲੋਕਲ ਬਾਡੀ ਮਿਨਿਸਟਰ ਬਣਦੇ ਨੇ, ਉਹਨਾਂ ਇਹਦੇ 'ਚ ਹੋਰ ਛੂਟ ਦਿੱਤੀ ਸੀ ਕਿ ਸਟੂਡੈਂਟ ਇਹ 'ਚ ਫਰੀ ਜਾਣਗੇ, +2 ਤੱਕ ਜਿਹੜੇ ਸਟੂਡੈਂਟ ਉਹ ਫਰੀ ਸਫ਼ਰ ਕਰਨਗੇ। ਕਾਲਜ ਜਾਣ ਵਾਲਿਆਂ ਨੂੰ 65% ਡਿਸਕਾਊਂਟ ਸੀਗਾ, 35% ਸਿਰਫ ਪੈਸੇ ਦੇਣੇ ਪੈਂਦੇ ਸੀ, 10 ਰੁਪਈਏ ਦੀ ਮਹਿਜ ਟਿਕਟ ਸੀਗੀ, 3.5 ਰੁਪਈਏ ਦੇਣੇ ਪੈਂਦੇ ਸੀ। ਔਰ ਸੀਨੀਅਰ ਸਿਟੀਜ਼ਨ ਨੂੰ 50% ਦੇ ਉੱਤੇ ਫਾਇਦਾ ਸੀਗਾ, ਛੋਟ ਸੀਗੀ। 5 ਰੁਪਈਏ ਦੇ ਵਿੱਚ ਤੁਸੀਂ 20 ਕਿਲੋਮੀਟਰ ਦਾ ਸਫ਼ਰ ਜਿਹੜਾ ਉਹ ਤੈਅ ਕਰ ਸਕਦੇ ਸੀਗੇ। ਔਰ 1 ਮਹੀਨਾ ਮੈਨੂੰ ਯਾਦ ਹੈ ਬੱਸ ਫਰੀ ਵੀ ਚੱਲੀ ਸੀਗੀ, ਔਰ ਸ਼ਹਿਰ ਦੇ ਟ੍ਰੈਫਿਕ ਦਾ ਸਿਸਟਮ ਇੰਨਾ ਜ਼ਿਆਦਾ ਸੁਧਰਿਆ ਸੀਗਾ, ਸੜਕਾਂ ਦੇ ਉੱਤੇ ਲੋਕਾਂ ਨੂੰ ਜਾਣ ਆਉਣ 'ਚ ਕੋਈ ਤੰਗੀ ਨਹੀਂ ਸੀ ਨਜ਼ਰ ਆ ਰਹੀ। ਲੋਕ ਕਿਉਂਕਿ ਜਦੋਂ ਇਹ ਬੱਸਾਂ ਚੱਲਦੀਆਂ ਸੀਗੀਆਂ, ਫਰੀ ਕਰ ਦਿੱਤੀਆਂ ਗਈਆਂ, ਲੋਕਾਂ ਨੇ ਆਪਣਾ ਵਹੀਕਲ ਕੱਢਣ ਨਾਲੋਂ, ਆਟੋ 'ਚ ਬਹਿਣ ਦੇ ਨਾਲੋਂ AC ਬੱਸ ਨੂੰ ਜ਼ਿਆਦਾ ਤਰਜੀਹ ਦਿੱਤੀ। ਜੇ ਭਾਰ ਗਰਮੀ ਸੀਗੀ ਤਾਂ ਵੀ ਲੋਕ AC ਬੱਸ 'ਚ ਬਹਿਣਾ ਪਸੰਦ ਕਰਦੇ ਸੀਗੇ, ਅਤੇ ਜੇ ਭਾਰ ਠੰਡ ਹੋਵੇ ਤਾਂ ਵੀ ਬੰਦ ਬੱਸ ਦੇ ਵਿੱਚ ਬਹਿਣਾ ਪਸੰਦ ਕਰਦੇ ਸੀਗੇ। ਔਰ ਬੜੇ ਦੁੱਖ ਨਾਲ ਜਿਹੜਾ ਮੈਂ ਸ਼ਹਿਰ ਵਾਲਿਆਂ ਨੂੰ ਦੱਸਣਾ ਚਾਹੁੰਦਾ, ਅੰਮ੍ਰਿਤਸਰ ਸ਼ਹਿਰ ਵਾਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਗਸਤ 2023 ਤੋਂ, ਅੱਜ ਫਿਰ ਅਗਸਤ ਮਹੀਨਾ ਚੜ੍ਹ ਗਿਆ, ਅਗਸਤ 2023 ਤੋਂ ਇਹ ਪ੍ਰੋਜੈਕਟ ਜਿਹੜਾ ਬੰਦ ਕਰ ਦਿੱਤਾ ਗਿਆ ਸੀ CM ਸਾਹਿਬ ਵੱਲੋਂ, ਇਹ ਕਹਿ ਕੇ ਕਿ ਇਹ ਘਾਟੇ ਦਾ ਪ੍ਰੋਜੈਕਟ ਹੈ, ਇਹਦੇ ਵਿੱਚ ਪੈਸੇ ਨਹੀਂ ਬਚਦੇ। ਮੈਂ ਕਹਿਣਾ ਚਾਹੁੰਦਾ ਸਰ ਭਗਵੰਤ ਸਿੰਘ, ਇਹ ਸੁਖਬੀਰ ਨੇ ਸਟਾਰਟ ਕੀਤਾ ਸੀਗਾ, ਵਿਚਾਰਕ ਮਤਭੇਦ, ਲੜਾਈਆਂ ਮੇਰੀਆਂ ਵੀ ਉਹਨਾਂ ਨਾਲ ਬਹੁਤ ਜ਼ਿਆਦਾ ਨੇ, ਪਰ ਸਿਰਫ ਇਹ ਕਹਿ ਕੇ ਬੰਦ ਕਰ ਦੇਣਾ ਕਿ ਸੁਖਬੀਰ ਨੂੰ ਫੇਲ ਵਿਖਾਉਣਾ, ਜਿਵੇਂ ਮੋਦੀ ਦਾ ਜ਼ੋਰ ਲੱਗਾ ਨਾ ਰਾਹੁਲ ਗਾਂਧੀ ਨੂੰ ਹਮੇਸ਼ਾ ਹੀ ਮੰਦਬੁੱਧੀ ਵਿਖਾਉਣ 'ਤੇ, ਤੇਰਾ ਵੀ ਸਾਰਾ ਜ਼ੋਰ ਜਿਹੜਾ ਲੱਗਾ ਵੀ ਸੁਖਬੀਰ ਨੂੰ ਮੰਦਬੁੱਧੀ ਸਾਬਤ ਕਰਨ 'ਤੇ, ਉਹਦਾ ਬਣਿਆ ਪ੍ਰੋਜੈਕਟ ਰੱਦ ਕਰਕੇ ਉਹਨੂੰ ਪਾਗਲ ਸਾਬਤ ਕਰਨ 'ਤੇ। ਇਸ ਤਰ੍ਹਾਂ ਸੂਬਾ ਨਹੀਂ ਚੱਲਦਾ। ਜੇ ਕੋਈ ਵਿਰੋਧੀ ਵੀ ਚੰਗਾ ਕੰਮ ਕਰੇ ਤਾਂ ਉਹਦੀ ਪੈੜ ਦੇ ਉੱਤੇ ਚੱਲਣਾ ਚਾਹੀਦਾ, ਉਹਨੂੰ ਅੱਗੇ ਸਿਰੇ ਚੜ੍ਹਾਉਣਾ ਚਾਹੀਦਾ। ਨਾਲੇ ਹਰ ਚੀਜ਼ ਦੇ ਵਿੱਚ ਮਾਨਸਾ ਪ੍ਰੋਫਿਟ ਨਹੀਂ ਭਾਲੀਦਾ, ਕੁਝ ਚੀਜ਼ਾਂ ਜਿਹੜੇ ਉਹ ਜਨਤਾ ਦੀ ਭਲਾਈ ਲਈ, ਜਨਤਾ ਦੇ ਵੈਲਫੇਅਰ ਲਈ ਕੰਮ ਹੁੰਦੇ ਆ, ਉਹਨਾਂ ਦੇ ਵਿੱਚ ਫਾਇਦਾ ਨਹੀਂ ਹੁੰਦਾ। ਉਹਨਾਂ ਦਾ ਬਜਟ ਰੱਖਿਆ ਜਾਂਦਾ ਵੀ 100 ਕਰੋੜ ਰੁਪਈਆ ਦਾ ਬਜਟ ਹੈ, ਉਹਦੇ ਵਿੱਚ ਸਿੱਖਿਆ ਆਉਂਦੀ ਆ, ਉਹਦੇ 'ਚ ਮੈਡੀਕਲ ਸਹੂਲਤਾਂ ਆਉਂਦੀਆਂ, ਉਹਦੇ ਵਿੱਚ ਟਰਾਂਸਪੋਰਟੇਸ਼ਨ ਆਉਂਦੀ ਆ ਜਿਹਦੇ ਵਿੱਚ ਲੋਕ ਆਵਾਜਾਈ ਕਰਦੇ ਨੇ, ਉਹਦੇ ਨਾਲ ਸ਼ਹਿਰ ਦੇ ਉੱਤੇ ਟ੍ਰੈਫਿਕ ਸੁਧਰਦਾ, ਔਰ ਉਹਦੇ ਨਾਲ ਪੋਲਿਊਸ਼ਨ ਘੱਟ ਹੁੰਦਾ, ਇੱਥੋਂ ਤੱਕ ਕਿ ਐਕਸੀਡੈਂਟ ਵੀ ਘੱਟ ਹੁੰਦੇ ਆ, ਜਿੰਨੇ ਵਹੀਕਲ ਘੱਟ ਨਿਕਲਣਗੇ। ਮੈਂ ਤੈਨੂੰ ਛੋਟੀ ਜਿਹੀ ਮਿਸਾਲ ਦੇਣ ਲੱਗਾ, ਕੱਲ੍ਹ ਮੈਨੂੰ ਕੋਈ ਸੁਣਾਉਂਦਾ ਸੀਗਾ ਕਿ ਲਗਜ਼ਮਬਰਗ ਇੱਕ ਛੋਟਾ ਜਿਹਾ ਮੁਲਕ ਹੈ, ਅੰਮ੍ਰਿਤਸਰ ਨਾਲੋਂ ਵੀ ਛੋਟਾ ਦੇਸ਼ ਹੈ। ਅੰਮ੍ਰਿਤਸਰ ਦਾ ਏਰੀਆ ਪਤਾ ਕਿੰਨਾ? 2683 ਸਕੁਏਅਰ ਮੀਟਰ ਜਿਹੜਾ ਕਿਲੋਮੀਟਰ ਏਰੀਆ, ਅਤੇ ਲਗਜ਼ਮਬਰਗ ਦਾ ਏਰੀਆ ਕਿੰਨਾ?
2586 ਸਕੇਅਰ ਜਿਹੜਾ ਕਿਲੋਮੀਟਰ ਹੈ, ਵੀ 100 ਸਕੇਅਰ ਕਿਲੋਮੀਟਰ ਅੰਮ੍ਰਿਤਸਰ ਨਾਲੋਂ ਵੀ ਘੱਟ ਹੈ। ਜੇ ਅੰਮ੍ਰਿਤਸਰ ਦੀ ਬਾਦੀ ਸ਼ਹਿਰ ਦੀ 10-15 ਲੱਖ ਹੋਊਗੀ ਅਤੇ ਉਹਦੀ ਬਾਦੀ ਮਹਿਜ ਜਿਹੜੀ 6.5 ਲੱਖ ਹੈ, ਔਰ ਇਨਕਮ ਜਿਹੜੀ ਹੈ ਉਸ ਦੇਸ਼ ਦੀ ਪਰ ਕੈਪਟਾ ਦੁਨੀਆ ਦੇ ਵਿੱਚ ਸਾਰੇ ਮੁਲਕਾਂ ਨੂੰ ਪਰ ਬੰਦੇ ਦੀ ਜਿਹੜੀ ਇਨਕਮ ਉੱਥੇ ਵੱਧ ਹੈ। ਇਕੱਲਾ ਇਕੱਲਾ ਬੰਦਾ ਉੱਥੇ ਜਹਾਜ਼ ਰੱਖਣ ਦੀ ਹੈਸੀਅਤ ਰੱਖਦਾ, ਜਿਹੜਾ ਘਰ 'ਚ ਖੜ੍ਹਾ ਕਰ ਸਕਦਾ ਆਪਣੇ ਜਹਾਜ਼। ਉੱਥੇ ਵੀ ਉੱਥੋਂ ਦੇ ਪ੍ਰਸ਼ਾਸਨ ਨੇ, ਉੱਥੋਂ ਦੇ ਹੁਕਮਰਾਮਾਂ ਨੇ ਜਿਹੜੀ ਇਹ ਟਰਾਂਸਪੋਰਟ ਸਿਸਟਮ ਹੈ ਉਹਨੂੰ ਫਰੀ ਰੱਖਿਆ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜੇ ਇਕੱਲਾ ਇਕੱਲਾ ਬੰਦਾ ਜਹਾਜ਼ ਲੈ ਲੂਗਾ, ਕਾਰਾਂ ਲੈ ਲੂਗਾ, ਟ੍ਰੈਫਿਕ ਸਿਸਟਮ ਵਿਗੜੂਗਾ, ਪੋਲਿਊਸ਼ਨ ਵਿਗੜੂਗਾ, ਐਕਸੀਡੈਂਟ ਹੋਣਗੇ। ਉੱਥੇ ਵੀ ਉਸ ਮੁਲਕ ਨੇ, ਏਡੇ ਅਮੀਰ ਮੁਲਕ ਨੇ ਜਿਹੜਾ ਟਰਾਂਸਪੋਰਟੇਸ਼ਨ ਸਿਸਟਮ ਹੈ ਉਹ ਫਰੀ ਰੱਖਿਆ ਹੋਇਆ। ਪੁੱਛਣ ਵਾਲੇ 'ਤੇ ਇਹ ਗੱਲ ਬਣਦੀ ਹੈ, ਮੰਨ ਲਿਆ ਤੂੰ ਬੰਦ ਕਰ ਦਿੱਤਾ, ਜਨਤਾ ਦੇ 1000 ਕਰੋੜ ਰੁਪਈਏ ਦੇ ਨਾਲ ਇਹ ਪ੍ਰੋਜੈਕਟ ਬਣਿਆ, ਜਨਤਾ ਦੇ ਦਿੱਤੇ ਟੈਕਸ ਦੇ ਨਾਲ, ਔਰ 1000 ਕਰੋੜ ਰੁਪਈਆ ਡੰਪ ਕਰਕੇ ਰੱਖ ਦਿੱਤਾ, ਇਹਨੂੰ ਫੂਕ ਕੇ ਰੱਖ ਦਿੱਤਾ। ਇਹਦਾ ਜਨਤਾ ਨੂੰ ਕੀ ਫਾਇਦਾ ਹੋਣ ਡਿਆ 1000 ਕਰੋੜ ਰੁਪਈਆ ਖਰਚੇ ਦਾ? 1%। ਮੈਂ ਤੇਰੀ ਗੱਲ ਮੰਨ ਵੀ ਲੈਂਦਾ ਕਿ ਜੇ ਪ੍ਰੋਜੈਕਟ ਫੇਲ ਸੀਗਾ, ਫਿਰ ਇਹ ਜਿਹਨੇ ਬਣਾਇਆ, ਜਿਹਨੇ ਡਿਜ਼ਾਈਨ ਕੀਤਾ, ਜਿਹਨੇ ਇਹਦੀਆਂ ਫੀਸਾਂ ਲਈਆਂ, ਜਿਹਨੇ ਜਨਤਾ ਦਾ ਟੈਕਸ ਜਿਹੜਾ ਉਹ ਵੇਸਟ ਕੀਤਾ, ਹੁਕਮਰਾਨਾਂ ਨੇ ਉਹਦੇ ਉੱਤੇ ਕਾਰਵਾਈ ਕੀ ਕੀਤੀ ਆ? ਉਹਨਾਂ ਦੇ ਉੱਤੇ ਕੋਈ ਪਰਚਾ ਦਰਜ ਕਰਾਇਆ? ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਆ? ਮੈਂ ਲੋਕਾਂ ਨੂੰ ਵੀ ਪੁੱਛਣਾ ਚਾਹੁੰਦਾ, ਇਕੱਲਾ ਹੁਕਮਰਾਨਾਂ ਨੂੰ ਨਹੀਂ, ਕਿ ਆਪਾਂ ਆਪਣੇ ਘਰ 'ਚ 100 ਰੁਪਈਏ ਦੀ ਚੀਜ਼ ਲਿਆਈਏ ਨਾ ਦੁਕਾਨਦਾਰ ਕੋਲੋਂ, ਅਤੇ ਜੇ ਉਹ ਖਰਾਬ ਨਿਕਲ ਆਵੇ ਤਾਂ ਦੁਕਾਨਦਾਰ ਦੀ ਜਾਨ ਕੱਢਣ ਤੱਕ ਜਾਂਦੇ ਆਪਾਂ ਵੀ, ਸਾਡੀ 100 ਰੁਪਈਏ ਦੀ ਚੀਜ਼ ਜਿਹੜੀ ਖਰਾਬ ਕਰ ਦਿੱਤੀ ਆ? ਤੁਹਾਡਾ 1000 ਕਰੋੜ ਰੁਪਈਆ ਤੁਹਾਡੇ ਦਿੱਤੇ ਟੈਕਸ ਦਾ ਬਰਬਾਦ ਕਰ ਦਿੱਤਾ ਜਾਂਦਾ, ਅਤੇ ਆਪਣਾ ਜ਼ਮੀਰ ਹੀ ਨਹੀਂ ਜਾਗਦਾ ਯਾਰ? ਆਪਾਂ ਸਵਾਲ ਹੀ ਨਹੀਂ ਕਰਦੇ ਇਹਨਾਂ ਲੋਕਾਂ ਨੂੰ, ਜਨਤਾ ਨੂੰ? ਜਿਹੜੀ ਮੇਨ ਚੀਜ਼ ਮੈਂ ਕਹਿਣੀ ਚਾਹੁੰਦਾ, ਜਨਤਾ ਨੂੰ ਇਹ ਕਦੋਂ ਸਮਝ ਆਊਗੀ ਵੀ ਇਹਨਾਂ ਚੀਜ਼ਾਂ ਦੇ ਮਾਲਕ ਜਨਤਾ, ਇਹਨਾਂ ਚੀਜ਼ਾਂ ਦੇ ਮਾਲਕ ਤੁਸੀਂ ਹੋ, ਇਹ ਅਫਸਰ ਅਤੇ ਨੇਤਾ ਜਿਹੜੇ ਚੌਂਕੀਦਾਰ ਨੇ ਇਹਨਾਂ ਚੀਜ਼ਾਂ ਦੇ, ਅਤੇ ਜਦੋਂ ਚੌਂਕੀਦਾਰੀ ਚੋਰ ਬਣ ਗਏ ਆ ਅਤੇ ਮਾਲਕ ਸੁੱਤੇ ਪਏ ਆ, ਇਹਨਾਂ ਨੂੰ ਘਰੋਂ ਕਦੋਂ ਕੱਢਣਾ? ਇਹਨਾਂ ਨੂੰ ਜਗਾਉਣਾ ਕਦੋਂ ਹੈ? ਚੌਂਕੀਦਾਰਾਂ ਨੂੰ ਜਿਹੜੇ ਸਾਡਾ ਸਮਾਨ ਖਾਈ ਜਾਂਦੇ ਆ, ਵੇਚ ਵੇਚ ਕੇ ਬਰਬਾਦ ਕਰੀ ਜਾਂਦੇ ਆ ਦੇਸ਼ ਨੂੰ? ਘਰ 'ਚ ਚੋਰ ਜਦੋਂ ਵੜਦਾ ਹੈ ਨਾ, ਉਹ ਵੱਧ ਤੋਂ ਵੱਧ ਕੀ ਚੁਰਾ ਲੂਗਾ? ਸਾਡਾ ਪੈਸਾ, ਮੋਬਾਈਲ ਫੋਨ, ਗਹਿਣਾ ਗੱਟਾ। ਅਤੇ ਅਸੀਂ ਇਹੋ ਜਿਹੇ ਬੰਦੇ ਚੁਣ ਲੈਂਦੇ ਹਾਂ, ਇਹੋ ਜਿਹੇ ਅਫਸਰ ਸਾਡੇ 'ਤੇ ਰਾਜ ਕਰਦੇ ਨੇ, ਇਹ ਪ੍ਰੋਫੈਸ਼ਨਲ ਚੋਰ ਨੇ ਜਿਨ੍ਹਾਂ ਨੂੰ ਮੈਂ ਕਹਿੰਦਾ, ਇਹ ਸਾਡਾ ਭਵਿੱਖ ਹੀ ਚੋਰੀ ਕਰ ਲੈਂਦੇ ਆ, ਸਾਡਾ ਰੁਜ਼ਗਾਰ ਚੋਰੀ ਕਰ ਲੈਂਦੇ ਆ, ਸਾਡੀ ਸਿੱਖਿਆ ਚੋਰੀ ਕਰ ਲੈਂਦੇ ਆ, ਸਾਡੇ ਜਿਹੜੇ ਆ ਮੈਡੀਕਲ ਦੇ ਸਾਧਨ ਆ ਚੋਰੀ ਕਰ ਲੈਂਦੇ ਆ। ਇਹੋ ਜਿਹਾ ਸਾਡਾ ਜਨਤਾ ਦਾ ਟੈਕਸ ਜਿਹੜਾ ਸਾਡਾ, ਸਾਡੇ ਬੱਚਿਆਂ ਦਾ ਜਿਹਦੇ ਨਾਲ ਭਵਿੱਖ ਸੁਧਰਨਾ, ਉਹ ਟੈਕਸ ਹੀ ਸਾਰਾ ਚੋਰੀ ਕਰ ਲੈਂਦੇ, ਸਾਡਾ ਭਵਿੱਖ ਚੁਰਾ ਲੈਂਦੇ, ਔਰ ਅਸੀਂ ਲੋਕ ਜ਼ਮੀਰ ਮਾਰ ਕੇ ਸੁੱਤੇ ਰਹਿੰਦੇ ਹਾਂ। ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ, ਕੋਈ ਇਹਨਾਂ ਨਾਲ ਗੱਲ ਕਰਨ ਵਾਲਾ ਨਹੀਂ। ਮੈਂ ਕੱਲ੍ਹ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ, ਜਿਨ੍ਹਾਂ ਦੀ ਅੰਡਰ ਇਹ ਪ੍ਰੋਜੈਕਟ ਆਉਂਦਾ, ਸਰ ਹਰਪ੍ਰੀਤ ਸਿੰਘ, ਬੜੇ ਯੰਗ ਅਫਸਰ ਨੇ, ਮੈਂ ਉਹਨਾਂ ਨੂੰ ਮਿਲਿਆ ਕੱਲ੍ਹ, ਉਹਨਾਂ ਨੂੰ ਮੈਂ ਕੱਲ੍ਹ ਦੁਹਾਈ ਦਿੱਤੀ ਕਿ ਇਹ ਬੱਸਿਸ ਜਿਹੜੀਆਂ ਉਹ ਦੁਬਾਰਾ ਸ਼ੁਰੂ ਹੋਣੀਆਂ ਚਾਹੀਦੀਆਂ ਨੇ, ਇਹਦੇ ਬਕਾਇਦਾ ਮਾਈਨਰ ਪਾਸ ਬਣਨੇ ਚਾਹੀਦੇ ਨੇ, ਜਿਹਦੀ ਲੋਕ ਸਹੂਲਤ ਲੈ ਲੈਣ, ਬੱਚੇ ਕੰਮ 'ਤੇ ਜਾਣ ਲਈ ਜਿੱਥੇ ਕਿਤੇ ਵੀ ਨੌਕਰੀ ਕਰਦੇ ਨੇ, ਬੱਚਿਆਂ ਨੂੰ ਸਕੂਲ ਜਾਣ ਦੇ ਵਿੱਚ ਕਿੰਨੀ ਸਹੂਲਤ ਜਿਹੜੀ ਮਿਲ ਸਕਦੀ ਆ। ਇਹ 1500 ਕਰੋੜ ਰੁਪਈਏ ਦਾ ਪ੍ਰੋਜੈਕਟ ਕੰਡਮ ਕਰਕੇ ਰੱਖ ਦਿੱਤਾ ਗਿਆ, ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਸ਼ਹਿਰ ਵਾਸੀ ਇਹਤੋਂ ਸਹੂਲਤ ਲੈ ਸਕਦੇ ਆ, ਇਹਦੇ ਨਾਲ ਇਹਦਾ ਲਾਭ ਉਠਾ ਸਕਦੇ ਆ? ਫਿਰ ਇੱਕ ਕਿੜ ਦੇ ਵਿੱਚ ਇਹਨੂੰ ਬੰਦ ਕਰ ਦੇਣਾ, ਇਹ ਕਿੱਥੋਂ ਦਾ ਮਤਲਬ ਨਿਆਂ ਹੈ? ਇੱਥੋਂ ਤੱਕ ਕਿ ਜਿੰਨਾ ਚਿਰ ਬੱਸਾਂ ਨਹੀਂ ਚੱਲਦੀਆਂ, ਮੈਂ ਕੱਲ੍ਹ ਕਮਿਸ਼ਨਰ ਸਾਹਿਬ ਨੂੰ ਕਿਹਾ, ਮੇਰਾ ਖਿਆਲ ਉਹਨਾਂ ਕਮਿਸ਼ਨਰ ਪੁਲਿਸ ਨੂੰ, ਇਹ DO ਵੀ ਲਿਖਿਆ ਆਪਣੇ ਮਹਿਕਮੇ ਵੱਲੋਂ, ਕਿ ਜਿਹੜਾ ਰੂਟ ਆ 20 ਕਿਲੋਮੀਟਰ ਦਾ, ਜਿਹੜਾ ਸੜਕ ਦੇ ਵਿੱਚ ਬਣਾਇਆ ਗਿਆ ਰੂਟ ਆ, ਜਿੰਨਾ ਚਿਰ ਉੱਥੇ ਬੱਸਾਂ ਨਹੀਂ ਚੱਲਦੀਆਂ ਉਹਦਾ ਫਾਇਦਾ ਕੀ ਆ? 1000 ਕਰੋੜ ਦੇ ਰੂਟ ਦਾ, ਉਹਦੇ 1500 ਕਰੋੜ ਦੇ ਰੂਟ ਦਾ, ਕਮ ਸੇ ਕਮ ਉਹਦੇ ਵਿੱਚ ਐਮਰਜੈਂਸੀ ਸਰਵਿਸਿਸ ਹੀ ਸ਼ੁਰੂ ਕਰ ਦਿਓ, ਜਿਹਦੇ ਵਿੱਚ ਐਂਬੂਲੈਂਸ ਚੱਲ ਪੈਣ, ਜਿਹਦੇ ਵਿੱਚ ਇੰਨੀ ਭਾਰ ਗਰਮੀ ਆ ਯਾਰ, ਇੱਥੇ ਖੜ੍ਹਾ ਨਹੀਂ ਹੋਇਆ ਜਾਂਦਾ, ਸਕੂਲ ਬੱਚੇ ਹੀ
ਆਪਣੇ ਟਾਈਮ ਨਾਲ ਘਰ ਪਹੁੰਚਿਆ ਕਰਨ, 90 ਚਾਲੂ ਕੀਤਾ ਜਾਵੇ ਔਰ ਇਹਦੇ ਨਾਲ ਨਾਲ ਸਪੀਡ ਲਿਮਿਟ ਤੈਅ ਕੀਤੀ ਜਾਵੇ। ਕੁਛ ਕਰੋ ਤਾਂ ਸਹੀ ਯਾਰ, ਕੁਛ ਸੋਚਣਾ ਹੀ ਨਹੀਂ ਚਾਹੁੰਦਾ। ਬੱਸਾਂ ਦੇ ਚੱਲਣ ਨਾਲ ਤੁਹਾਡਾ ਪੋਲਿਊਸ਼ਨ ਵੀ ਘਟੂਗਾ, ਲੋਕ ਆਪਣੇ ਵਹੀਕਲ ਨਹੀਂ ਕੱਢਣਗੇ, ਟ੍ਰੈਫਿਕ ਵੀ ਘੱਟ ਹੋਊਗੀ, ਐਕਸੀਡੈਂਟ ਵੀ ਘੱਟ ਹੋਣਗੇ। ਕੋਈ ਕੁਛ ਕਰਨਾ ਹੀ ਨਹੀਂ ਚਾਹੁੰਦਾ ਤਾਂ ਫਿਰ ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਅਫਸਰ ਹੈ, ਨੇਤਾ ਹੈ? ਮੈਂ ਤਾਂ ਕਹਿੰਦਾ ਜਨਤਾ ਜ਼ਿੰਮੇਵਾਰ ਹੈ ਕਿ ਤੁਹਾਡਾ 1,000-1,000 ਕਰੋੜ ਰੁਪਈਆ, 10-10 ਰੁਪਈਏ ਦੀ ਚੀਜ਼ ਲਈ ਅਸੀਂ ਲੜਨ ਵਾਲੇ ਲੋਕ, ਆਪਣੇ ਹੱਕਾਂ ਲਈ ਲੜਨ ਵਾਲੇ, ਜਿਹੜਾ ਸਾਡੀ ਜੇਬ 'ਚੋਂ ਪੈਸਾ ਜਾਂਦਾ ਸਿੱਧੇ ਤੌਰ 'ਤੇ, ਅਤੇ ਜਦੋਂ ਸਾਡੇ ਟੈਕਸ ਦੇ ਰੂਪ ਦੇ ਵਿੱਚ 1,000-1,000 ਕਰੋੜ ਰੁਪਈਆ ਖਰਚ ਹੋ ਜਾਂਦਾ, ਖਤਮ ਹੋ ਜਾਂਦਾ ਵਾ, ਅਤੇ ਉਹਦੇ ਉੱਤੇ ਅਸੀਂ ਸਵਾਲ ਕਰਨਾ ਹੀ ਪਸੰਦ ਨਹੀਂ ਕਰਦੇ, ਉਹਦੇ ਉੱਤੇ ਅਸੀਂ ਗੱਲ ਕਰਨਾ ਹੀ ਪਸੰਦ ਨਹੀਂ ਕਰਦੇ। ਮੈਂ ਸਾਰੇ ਅਫਸਰਾਂ ਨੂੰ, ਇਸ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ, ਜੇ ਤੁਹਾਡਾ ਜ਼ਮੀਰ ਹੀ ਮਰ ਗਿਆ, ਤੁਹਾਡੇ ਫਰਜ਼ ਹੀ ਮਰ ਗਏ ਆਪਣੇ ਸੂਬੇ ਦੇ ਪ੍ਰਤੀ, ਆਪਣੀ ਨੌਕਰੀ ਦੇ ਪ੍ਰਤੀ, ਮੈਂ ਤੁਹਾਨੂੰ ਅੱਜ ਚੈਲੇਂਜ ਕਰਦਾ, ਸਾਨੂੰ ਜਨਤਾ ਦੇ ਹਵਾਲੇ ਕਰ ਦਿਓ, ਅਸੀਂ ਤਿਲ ਤਿਲ ਇਕੱਠਾ ਕਰਕੇ ਅਸੀਂ ਮੰਗ ਕੇ ਵੀ ਇਹ ਪ੍ਰੋਜੈਕਟ ਚਲਾ ਲਾਂਗੇ, ਅਸੀਂ ਜ਼ਿੰਮੇਵਾਰੀ ਨਿਭਾ ਲਾਂਗੇ, ਆਪਣੀ ਸੂਬੇ ਨੂੰ ਕਿਤੇ ਤਰੱਕੀ ਦੇ ਰਾਹ ਦੇ ਉੱਤੇ ਤਾਂ ਲੈ ਕੇ ਜਾਓ। 2 ਕਰੋੜ ਰੁਪਈਆ ਮਹਿਜ਼ ਮਹੀਨੇ ਦਾ ਖਰਚਾ, ਜਿੰਨਾ ਮੈਂ ਤਾਂ ਜਾਇਜ਼ਾ ਲਿਆ, ਜਾਓ 2 ਕਰੋੜ ਰੁਪਈਆ ਤਾਂ ਸ਼ਹਿਰ 'ਚ 100-200 ਬੰਦੇ ਦੀ ਡਿਊਟੀ ਲੱਗ ਸਕਦੀ ਆ, ਉਹ ਨੇਕ ਨੀਤੀ ਨਾਲ ਤੁਹਾਨੂੰ 2 ਕਰੋੜ ਰੁਪਈਆ ਦੇ ਸਕਦਾ, ਪਰ ਚਲਾਉਣਾ ਹੀ ਕੋਈ ਨਹੀਂ ਚਾਹੁੰਦਾ। ਇੱਕ ਦੂਜੇ ਨੂੰ ਨੀਵਾਂ ਵਿਖਾਉਣਾ, ਇਹਨੇ ਚਾਲੂ ਕੀਤਾ ਮਾੜਾ ਹੈ, ਉਹਨੇ ਚਾਲੂ ਕੀਤਾ ਮਾੜਾ, ਇਸ ਤਰ੍ਹਾਂ ਸੂਬਾ ਨਹੀਂ ਚੱਲਣਾ ਸਰ ਭਗਵੰਤ ਸਿੰਘ ਜੀ, ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰਨਾ ਪਊਗਾ। ਬੱਸਾਂ ਦੀ ਹਾਲਤ ਵੇਖੋ, ਕਈ ਕੰਡਮ ਹੋ ਗਈਆਂ, ਲੋਕ ਤਰਸਦੇ ਨੇ, ਔਰ ਜਨਤਾ ਦਾ ਕਸੂਰ ਦੱਸਾਂ, ਮੈਂ ਇੱਕ ਦਿਨ ਟ੍ਰੇਨ 'ਚ ਜਾਂਦਾ ਸੀਗਾ ਅਤੇ ਬੜਾ ਕਿਸੇ ਨੇ, ਤੁਸੀਂ ਆਪ ਪੰਜਾਬ ਲੰਘ ਜਾਓ ਅਤੇ ਪੱਥਰ ਮਾਰਦੇ ਨੇ ਟ੍ਰੇਨ ਦੇ ਉੱਤੇ, ਸ਼ੌਂਕ ਨਾਲ ਲੋਕ ਜਿਹੜੇ ਪਿੰਡਾਂ ਦੇ ਵਿੱਚ ਖਲੋਤੇ ਹੁੰਦੇ ਨੇ ਤਮਾਸ਼ਬੀਨੀ ਨੂੰ। ਆ ਕਈ ਲੋਕ ਸਾਡੇ ਸ਼ਹਿਰ 'ਚ ਬੱਸਾਂ ਦੇ ਸ਼ੀਸ਼ੇ ਭੰਨ ਦਿੰਦੇ ਸੀਗੇ ਕਿਸੇ ਸਾਈਡ ਦੇ ਉੱਤੇ, ਲੱਖ ਲਾਣ ਤਾਂ ਯਾਰ ਇਹੋ ਜਿਹੇ ਲੋਕਾਂ ਨੂੰ, ਸਾਡੀ ਪ੍ਰੋਪਰਟੀ ਹੈ, ਸਾਡੇ ਬੱਚਿਆਂ ਦਾ ਇਹਦੇ ਉੱਤੇ ਪੈਸਾ ਇਨਵੈਸਟ ਹੋਇਆ ਸਾਡੇ ਟੈਕਸ ਦਾ, ਇਹਨਾਂ ਚੀਜ਼ਾਂ ਨੂੰ ਤਾਂ ਸੋਚਣ ਸਮਝਣ ਦੀ ਖੁਦ ਲੋੜ ਹੈ, ਜਨਤਾ ਨੂੰ ਜਾਗਣਾ ਪਊਗਾ। ਔਰ ਇਹ ਜਿਹੜਾ ਮੈਂ ਦੁਬਾਰਾ ਵੀ ਕਮਿਸ਼ਨਰ ਸਾਹਿਬ ਨੂੰ ਮਿਲੂੰਗਾ, ਛੇਤੀ ਤੋਂ ਛੇਤੀ ਇਹ ਬੱਸਾਂ ਚਾਲੂ ਹੋਣੀਆਂ ਚਾਹੀਦੀਆਂ ਨੇ ਔਰ ਜਨਤਾ ਨੂੰ ਇਹਦਾ ਜਿਹੜਾ ਲਾਭ ਮਿਲਣਾ ਚਾਹੀਦਾ ਵਾ, ਇਸ ਤਰੀਕੇ ਲੋਕਾਂ ਦਾ ਪੈਸਾ ਨਹੀਂ ਖਾਣ ਦਿੱਤਾ ਜਾਊਗਾ।